ਸੁਨਿਆਰੇ ਦੀ ਦੁਕਾਨ ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਰੇਡ ਕੀਤੀ ਗਈ। ਅਧਿਕਾਰੀਆਂ ਨੇ ਇੱਥੋਂ 26 ਕਰੋੜ ਰੁਪਏ ਕੈਸ਼ ਬਰਾਮਦ ਕੀਤੇ ਨੇ। 90 ਕਰੋੜ ਦੀ ਬੇਨਾਮੀ ਸੰਪਤੀ ਦੇ ਦਸਤਾਵੇਜ਼ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਅਧਿਕਾਰੀਆਂ ਨੂੰ ਪੈਸੇ ਗਿਣਨ ਦੇ ਵਿੱਚ 14 ਘੰਟੇ ਲੱਗੇ। ਫਰਨੀਚਰ ਦੇ ਵਿੱਚ ਇਹ ਸਾਰੀ ਰਕਮ ਲੁਕਾ ਕੇ ਰੱਖੀ ਹੋਈ ਸੀ। ਤਾਂ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਇਨਕਮ ਟੈਕਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਸੋਨੇ ਦੇ ਵਪਾਰੀ ਤੋਂ ਇਹ ਸਾਰਾ ਕੈਸ਼ ਬਰਾਮਦ ਕੀਤਾ ਗਿਆ। 90 ਕਰੋੜ ਦੀ ਬੇਨਾਮੀ ਸੰਪਤੀ ਦੇ ਦਸਤਾਵੇਜ਼ ਖੁੰਘਾਲੇ ਗਏ, ਜਿਨ੍ਹਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ। ਦੱਸਦੇ ਕਿ ਸੌਦਿਆਂ ਵਾਲੇ ਬੈਗ ਦੇ ਵਿੱਚ ਇਹ ਸਾਰੀ ਰਕਮ ਲੁਕਾ ਕੇ ਰੱਖੀ ਸੀ, ਜਿਸ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਨੋਟਾਂ ਦੀਆਂ ਗੱਥੀਆਂ ਨੂੰ ਬਾਹਰ ਕੱਢਿਆ। ਕਰੀਬ 14 ਘੰਟੇ ਲੱਗੇ ਇਸ ਸਾਰੀ ਰਕਮ ਨੂੰ ਗਿਣਨ ਲੱਗੇ। ਤਾਂ ਦੱਸਦੇ ਕਿ ਸੁਨਿਆਰੇ ਦੀ ਦੁਕਾਨ 'ਤੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਸੋਨੇ ਦੇ ਵਪਾਰੀ ਤੋਂ ਕਰੋੜਾਂ ਰੁਪਏ ਮਿਲੇ ਨੇ। ਰੇਡ ਮੌਕੇ 26 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਗਿਆ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਨੋਟਾਂ ਦੀਆਂ ਗੱਥੀਆਂ ਨੂੰ ਮੁਲਾਜ਼ਮਾਂ ਦੇ ਵੱਲੋਂ ਗਿਣਿਆ ਜਾ ਰਿਹਾ। 14 ਘੰਟੇ ਲੱਗ ਗਏ ਪੈਸੇ ਨੂੰ ਗਿਣਦੇ ਸਮੇਂ। ਫਰਨੀਚਰ ਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ। ਜੋ ਇਸ ਸੁਨਿਆਰੀ ਦੀ ਦੁਕਾਨ ਦੇ ਵਿੱਚ ਫਰਨੀਚਰ ਪਿਆ ਸੀ, ਉਸ ਦੇ ਵਿੱਚ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਹ ਸਾਰੇ ਕਰੋੜਾਂ ਰੁਪਏ ਲੁਕੋ ਕੇ ਰੱਖੇ ਹੋਏ ਸੀ। ਮੁਲਾਜ਼ਮਾਂ ਨੇ ਉੱਥੋਂ ਕੱਢੇ ਅਤੇ ਫਿਰ 14 ਘੰਟਿਆਂ ਦੇ ਵਿੱਚ ਸਾਰੇ ਪੈਸਿਆਂ ਨੂੰ ਗਿਣਿਆ ਗਿਆ। 30 ਘੰਟੇ ਚੱਲੀ ਸੋਨੇ ਦੇ ਵਪਾਰੀ ਦੇ ਇਨਕਮ ਟੈਕਸ ਵਿਭਾਗ ਦੀ ਰੇਡ। ਕਰੀਬ 30 ਘੰਟੇ ਲੱਗੇ ਪੂਰੀ ਰੇਡ ਨੂੰ। 90 ਕਰੋੜ ਦੀ ਬੇਨਾਮੀ ਸੰਪਤੀ, ਜਿਸ ਦਾ ਕੋਈ ਰਿਕਾਰਡ ਨਹੀਂ, ਉਹ ਸਾਰੇ ਦਸਤਾਵੇਜ਼ ਨੇ ਜਿਹੜੇ ਉਹ ਇਨਕਮ ਟੈਕਸ ਦੇ ਅਧਿਕਾਰੀ ਆਪਣੇ ਨਾਲ ਲੈ ਗਏ। ਸੋ ਦੱਸਦੇ ਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਸੋਨੇ ਦੇ ਵਪਾਰੀ ਦੀ ਦੁਕਾਨ 'ਤੇ ਰੇਡ ਕੀਤੀ ਗਈ। 26 ਕਰੋੜ ਰੁਪਏ ਕੈਸ਼ ਆ ਜਿਹੜਾ ਬਰਾਮਦ ਕੀਤਾ ਗਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਨੋਟਾਂ ਦੀਆਂ ਗੱਥੀਆਂ ਮੁਲਾਜ਼ਮਾਂ ਦੇ ਵੱਲੋਂ ਗਿਣੀਆਂ ਜਾ ਰਹੀਆਂ ਨੇ। 14 ਘੰਟੇ ਲੱਗ ਗਏ ਪੈਸੇ ਗਿਣਦੇ ਹੋਏ। ਦੱਸਦੇ ਕਿ ਪੂਰੇ 30 ਘੰਟੇ ਚੱਲੀ ਇਹ ਪੂਰੀ ਰੇਡ। ਤਾਂ ਹੁਣ ਲਗਾਤਾਰ ਸੋਨੇ ਦੇ ਵਪਾਰੀ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਇੰਨਾ ਪੈਸਾ ਕਿੱਥੋਂ ਅਤੇ ਕਿਵੇਂ ਲਿਆਂਦਾ ਗਿਆ। ਲਿਹਾਜ਼ਾ ਪੁੱਛ ਪੜਤਾਲ ਹੋਵੇਗੀ, ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।